بسم الله الرحمن الرحيم. السلام عليكم ناظرين کی حال جناب ٹھیک ہو امید کرتے ہیں سارے خیر خیریت نال ہون گے اللہ تعالی ہر انسان نو صحت و تندرستی عطا فرمائے میں تہاڈا ویر سید شاہنواز تسی ویکھدے پاؤ پنجابی بابا جی پنجابی بلاگ میرے سبسکرائبر بھی آ اکٹھے ہو گئے نے ہن نویں سبسکرائبر ہو رہے نے انہاں نے ہن لائک شیئر کرنا مینوں بابا جی پنجابی بلاگ جڑا وا او تو جناب پھر نویں ویڈیو نال میں حاضر ہو گیا اپنا بابا کمال چشتی دربار دے اوتے سٹینڈ وچ گڈی لا دتی آ نمی ویڈیو دا آغاز کرن لگا جناب تے بابا کمال چشتی دربار جڑا وا ایک پہاڑی جی آ چوٹی دے اوتے تے او تن میں ایتھوں وزٹ کروا دنا ایک دفعہ اس تو بعد تم ہونا وا بہت انٹرسٹنگ جگہ ہے یہ جناب پورا بلاگ اچھے طریقے نال ویکھنا انٹرسٹنگ ویڈیو بننے لئی آ کیمرہ مین دکھاوے ذرا بابا جی دا دربار تے پھر اگے چلنے ہاں ہاں دیکھو جناب اے سیڑھیاں چڑھدیاں نے او اوپر دربار ا سیڑھیاں کلوز کر کے دکھاؤ جی جڑی چڑھ رہے بندے سارے ہاں دیکھو یار سیڑھیاں نے ایتھوں چڑھنا ہولی ہولی اسی ہاں نو اس طرح چڑھتے جانا او دنیا جا رہی اوپر اے چوٹی دے اوتے دربار ہے جناب بہت اچھی پہاڑی جی ہے اتنے دربار ہے تو اتنے جا کے بھی تمہیں ادھر کروانے ان شاء اللہ تعالیٰ بندہ ہے شاد کچھ لکھی ہوئی نے یہ پڑھ لو تو پھر چلنے اگے جناب اے جناب مسجد شاہ کمال بہت پیاری ہے بڑی زبردست مسجد ہے بڑی کمال دی بنائی ہوئی مسجد اے تمہیں دکھاؤں جناب دیکھو ماشاء اللہ بہت ہی حسین و جمیل مسجد بڑی زبردست مسجد بنائی جناب کمال دی مسجد ہے واہ واہ ماشاءاللہ جی ماشاءاللہ ویسے نماز مغرب دا ٹائم ہونے والا ہی ہے تے جلدی جلدی تمہیں دکھا لینے ہیں بہت کمال دی مسجد ماشاءاللہ جی ماشاءاللہ اللہ دا گھر بہت پیارا
ਇਹ ਬਿਲਕੁਲ ਹਜ਼ਰਤ ਬਾਬਾ ਕਮਾਲ ਚਿਸ਼ਤੀ ਦੇ ਮਜ਼ਾਰ ਸ਼ਰੀਫ ਦੇ ਬਿਲਕੁਲ ਨਾਲ ਹੈ, ਪਹਿਲੇ ਮਸਜਿਦ ਤਾਂ ਚੜ੍ਹ ਕੇ ਉਸ ਤੋਂ ਬਾਅਦ ਫਿਰ ਨਾਲ ਹੀ ਦਰਬਾਰ ਹੈ ਬਿਲਕੁਲ। ਮਾਸ਼ਾ ਅੱਲਾ ਜੀ, ਮਾਸ਼ਾ ਅੱਲਾ, ਜ਼ਬਰਦਸਤ। ਬਹੁਤ ਸਕੂਨ ਦੇ ਮਾਹੌਲ ਹੈ, ਚੌਲ ਮਿਲ ਗਿਆ ਸਾਨੂੰ, ਲੰਗਰ ਸ਼ਰੀਫ ਤਕਸੀਮ ਹੋ ਰਿਹਾ ਸੀ, ਉਸ ਤੋਂ ਬਾਅਦ ਸਲਾਮ ਕੀਤਾ ਜਨਾਬ ਬਾਬਾ ਜੀ ਦੇ ਦਰਬਾਰ 'ਤੇ, ਦੁਆ ਫਾਤਿਹਾ ਕੀਤੀ ਅਤੇ ਉਸ ਤੋਂ ਬਾਅਦ ਫਿਰ ਇਨਸ਼ਾਅੱਲਾ ਅੰਦਰ ਵੀ ਬਹੁਤ ਜ਼ਬਰਦਸਤ ਮਜ਼ਾਰ ਸ਼ਰੀਫ ਨਾ ਬਹੁਤ ਖੂਬਸੂਰਤ ਬਣਾਇਆ ਹੋਇਆ ਸੀ, ਹਜ਼ਰਤ ਬਾਬਾ ਸ਼ਾਹ ਕਮਾਲ ਚਿਸ਼ਤੀ ਕਸੂਰ ਦੇ ਵਿੱਚ ਮਜ਼ਾਰ ਸ਼ਰੀਫ ਆ ਜੀ, ਬਹੁਤ ਆਲਾ। ਵੇਖੋ ਫਾਨੂਸ ਕੈਸੇ ਜ਼ਬਰਦਸਤ, ਬਹੁਤ ਪਿਆਰਾ ਮਜ਼ਾਰ ਸੀ, ਬਹੁਤ ਜ਼ਬਰਦਸਤ। ਮਾਸ਼ਾਅੱਲਾ ਮਾਸ਼ਾਅੱਲਾ, ਦੁਆ ਫਾਤਿਹਾ ਕਹਿ ਗਏ ਤੇ ਜਨਾਬ ਉਹੀ ਦੁਆ ਪੜ੍ਹ ਕੇ ਫਾਰਗ ਹੋ ਕੇ ਬਾਹਰ ਆ ਗਏ ਜਨਾਬ ਸੇਨ ਦੇ ਵਿੱਚ, ਬਾਹਰ ਦਾ ਦੁਬਾਰਾ ਦੇਖ ਲਿਆ। ਕਸੂਰ ਸ਼ਹਿਰ ਦੇਖੋ ਆ ਜੀ, ਕਸੂਰ ਸ਼ਹਿਰ ਦਾ ਨਜ਼ਾਰਾ ਦੇਖੋ ਜੀ ਕੈਸਾ, ਸ਼ਾਮ ਦਾ ਟਾਈਮ ਮਗਰਬ ਦਾ ਬਹੁਤ ਜ਼ਬਰਦਸਤ ਨਜ਼ਾਰਾ ਦੇਖੋ, ਇਹ ਮੇਨ ਰੋਡ ਆ ਬਾਹਰ ਚੱਲ ਰਿਹਾ, ਵੇਖ ਕੈਸਾ ਨਜ਼ਾਰਾ ਕਸੂਰ ਦਾ ਜੀ। ਜ਼ਬਰਦਸਤ ਮਾਹੌਲ ਆ, ਉਹ ਸਾਹਮਣੇ ਕਮਾਲ ਚਿਸ਼ਤੀ ਚੌਕ ਆ ਜੀ, ਇਹ ਸਾਹਮਣਾ ਰੋਡ ਜਿਹੜਾ ਜਾ ਰਿਹਾ ਇਹ ਗੰਡਾ ਸਿੰਘ ਨੂੰ ਜਾ ਰਿਹਾ ਇਹ ਵਾਲਾ, ਇਹ ਚੌਕ ਤੋਂ ਸੱਜਿਆ ਜਦੋਂ ਮੁੜੋ ਗੋਦੀਪਾਲਪੁਰ ਗਿਆ, ਜ਼ਬਰਦਸਤ ਨਜ਼ਾਰਾ ਬਹੁਤ ਪਿਆਰਾ ਮਜ਼ਾਰ ਮਾਸ਼ਾਅੱਲਾ ਜੀ। ਕੋਈ ਵੀ ਵੀਵਰਸ ਮੇਰਾ ਕਸੂਰ ਆਵੇ ਤਾਂ ਕਮਾਲ ਚਿਸ਼ਤੀ ਮੈਦਾਨ 'ਤੇ ਹਾਜ਼ਰੀ ਜ਼ਰੂਰ ਦੇਵੇ, ਭਾਉ ਬੁੱਲੇ ਸ਼ਾਹ ਬਹੁਤ ਮਜ਼ਾ ਆਏਗਾ, ਜ਼ਬਰਦਸਤ ਮਾਸ਼ਾਅੱਲਾ ਜੀ। ਇਹ ਮਸਜਿਦ ਨਾਲ ਆ ਤੂੰ ਕੀ ਲੈਣਾ ਹੈ? ਇਹਦੇ ਨਾਲ ਲਓ ਜੀ ਜਨਾਬ, ਬਾਬਾ ਕਮਾਲ ਚਿਸ਼ਤੀ ਤੋਂ ਦਰਬਾਰ ਤੋਂ ਸਲਾਮ ਕਰਕੇ ਤੇ ਅਸੀਂ ਨਾ, ਇੱਕ ਮੇਰਾ ਦੋਸਤ ਹੈਗਾ ਵਾ ਇੱਥੇ ਕੈਸਰ, ਕੈਸਰ ਭਾਈ ਬੀ ਆਰ ਇੰਟਰਨੈਸ਼ਨਲ ਗੁਰੂ ਤੁਹਾਡਾ ਬੁੱਲੇ ਸ਼ਾਹ ਪੇਪਰ ਮਿਲ ਦੇ ਕੋਲ, ਉੱਥੇ ਆ ਗਏ ਅਸੀਂ, ਪਿਛਲੀ ਸਾਈਡ 'ਤੇ ਬੁੱਲੇ ਸ਼ਾਹ ਪੇਪਰ ਮਿਲ ਅਤੇ ਇਹ ਸਾਹਮਣੇ ਅੱਡਾ ਉਹਦਾ, ਇੱਥੇ ਇਨਸ਼ਾਅੱਲਾ ਤਾਂ ਰਾਤ ਰੁਕਾਂਗੇ ਅਸੀਂ, ਅਤੇ ਸੁਬਹ ਇਨਸ਼ਾਅੱਲਾ ਤਾਲਾ ਨੈਕਸਟ ਪਲਾਨ ਜਿਹੜਾ ਨਾ ਉਹ ਫਿਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਅਗਲੀ ਵੀਡੀਓ ਦੇ ਵਿੱਚ, ਇੱਥੇ ਵੀਡੀਓ ਦਾ ਇਖਤਤਾਮ ਕਰਦੇ ਐਂਡ ਕਰਦੇ ਜਨਾਬ, ਅਗਲੀ ਵੀਡੀਓ ਨੂੰ ਫਿਰ ਹਾਜ਼ਰ ਹੋਵਾਂਗੇ। ਬਹੁਤ ਮਿਹਰਬਾਨੀ, ਮੇਰੇ ਚੈਨਲ ਨੂੰ ਬਾਬਾ ਜੀ ਪੰਜਾਬੀ ਵਲੌਗ ਨੂੰ ਸ਼ੇਅਰ ਸਬਸਕ੍ਰਾਈਬ ਲਾਈਕ ਜ਼ਰੂਰ ਕਰਿਆ ਜੇ, ਮਿਹਰਬਾਨੀ, ਬਹੁਤ ਸ਼ੁਕਰੀਆ ਜਨਾਬ, ਅੱਲਾ ਹਾਫਿਜ਼।